ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀ ਜਿਹੀ ਕਹਾਣੀ ਆ ਸੁੰਨਾ ਜ਼ਰੂਰ ਇੱਕ ਵਪਾਰੀ ਊਠ ਖਰੀਦਣ ਲਈ ਬਾਜ਼ਾਰ ਚ ਗਿਆ ਉਹਨੇ ਕੀ ਕੀਤਾ ਊਠ ਖਰੀਦਿਆ ਤੇ ਘਰ ਆ ਗਿਆ ਉਹ ਆਦਮੀ ਨੇ ਜਦੋਂ ਨਵਾਂ ਊਠ ਘਰ ਲਿਆਂਦਾ ਤਾਂ ਉਸ ਦਾ ਇੱਕ ਨੌਕਰ ਸੀ ਉਹਨੇ ਕਿਹਾ ਕਿ ਊਠ ਦੀ ਕਾਠੀ ਦੀ ਸਾਫ਼ ਸਫਾਈ ਕਰ ਦੇਨਾ ਕਾਠੀ ਦੇ ਥੱਲੇ ਇੱਕ ਥੈਲੀ ਮਿਲੀ ਜਿੰਦੇ ਵਿੱਚ ਹੀਰੇ ਸੀ ਤਾਂ ਉਸ ਨੌਕਰ ਨੇ ਆ ਕੇ ਭੱਜੇ ਭੱਜੇ ਨੇ ਆਪਣੇ ਮਾਲਕ ਨੂੰ ਕਿਹਾ ਕਿ ਇੱਕ ਥੈਲੀ ਮਿਲੀ ਆ ਉਹਦੇ ਵਿੱਚ ਬਹੁਤ ਸਾਰੇ ਹੀਰੇ ਆ ਤਾਂ ਉਸ ਮਾਲਕ ਨੇ ਕਿਹਾ ਲਿਆਓ ਮੈਨੂੰ ਫੜਾਓ ਮੈਂ ਉਹਨੂੰ ਵਾਪਸ ਦੇ ਕੇ ਆਉਣਾ ਹਾਂ ਤਾਂ ਉਸ ਨੌਕਰ ਨੇ ਕਿਹਾ ਕਿਸੇ ਨੂੰ ਕੀ ਪਤਾ ਕਿ ਹੀਰਿਆਂ ਦੀ ਥੈਲੀ ਆ ਗਈ ਆ ਤੁਸੀਂ ਆਪਣੇ ਕੋਲ ਰੱਖ ਲਵੋ ਤਾਂ ਉਸ ਨੇ ਕਿਹਾ ਨਹੀਂ ਮੈਂ ਕਦੇ ਵੀ ਆਪਣੇ ਕੋਲ ਨਹੀਂ ਰੱਖਾਂਗਾ ਉਸ ਊਠ ਵਾਲੇ ਆਦਮੀ ਨੂੰ ਬਾਜ਼ਾਰ ਵਿੱਚ ਲੱਭਣ ਚਲਾ ਗਿਆ ਤੁਰਦੇ ਤੁਰਦੇ ਨੂੰ ਅੰਤ ਤੇ ਉਹ ਆਦਮੀ ਮਿਲ ਗਿਆ ਉਹਨੇ ਕਿਹਾ ਕਿ ਤੁਹਾਡੀ ਹੀਰਿਆਂ ਦੀ ਥੈਲੀ ਮੇਰੇ ਕੋਲ ਚਲੀ ਗਈ ਹੈ ਤਾਂ ਆ ਤੁਸੀਂ ਆਪਣੀ ਥੈਲੀ ਵਾਪਸ ਲੈ ਲਓ ਉਹ ਊਠ ਵਾਲਾ ਉਸ ਆਦਮੀ ਦੀ ਇਮਾਨਦਾਰੀ ਤੇ ਬੜਾ ਖੁਸ਼ ਹੋਇਆ ਤੇ ਕਹਿੰਦਾ ਇਹਦੇ ਵਿੱਚੋਂ ਜਿਹੜੇ ਦੋ ਹੀਰੇ ਚੰਗੇ ਲੱਗਦੇ ਹੋ ਤੁਸੀਂ ਲੈ ਲਵੋ ਉਸ ਆਦਮੀ ਨੇ ਅੱਗੋਂ ਕਿਹਾ ਮੇਰੇ ਕੋਲ ਤਾਂ ਪਹਿਲਾਂ ਹੀ ਦੋ ਹੀਰੇ ਮੈਂ ਰੱਖ ਲੈ ਆ ਤਾਂ ਉਸ ਊਠ ਵਾਲੇ ਨੂੰ ਬੜਾ ਗੁੱਸਾ ਆਇਆ ਇਹਨੇ ਪਹਿਲਾਂ ਹੀਰੇ ਰੱਖ ਲੈ ਉਹਨੇ ਗਿਣੇ ਤਾਂ ਹੀਰੇ ਪੂਰੇ ਉਸਨੇ ਕਿਹਾ ਹੀਰੇ ਤਾਂ ਪੂਰੇ ਆ ਤੂੰ ਕਿਹੜੇ ਰੱਖ ਲੈ ਤਾਂ ਉਸ ਆਦਮੀ ਨੇ ਉੱਤਰ ਦਿੱਤਾ ਮੇਰੇ ਕੋਲ ਦੋ ਹੀਰੇ ਆ ਇੱਕ ਮੇਰਾ ਆਤਮ ਸਨਮਾਨ ਤੇ ਦੂਜਾ ਇਮਾਨਦਾਰੀ ਇਹ ਦੋ ਹੀਰੇ ਸਦਾ ਮੇਰੇ ਕੋਲ ਰਹਿੰਦੇ ਆ। ਇਹ ਕੱਚ ਦੇ ਹੀਰਿਆਂ ਦੀ ਮੈਨੂੰ ਜ਼ਰੂਰਤ ਹੀ ਨਹੀਂ ਕਦੀ ਪਈ। ਹਮੇਸ਼ਾ ਇਮਾਨਦਾਰ ਰਹਿਣਾ ਚਾਹੀਦਾ ਹੈ। ਪੈਸੇ ਦਾ ਕੀ ਏ ਅੱਜ ਥੋੜਾ ਤੇ ਕੱਲ ਨੂੰ ਬਹੁਤ ਆ। ਸੋ ਸਾਨੂੰ ਜੋ ਬੰਦਾ ਇਮਾਨਦਾਰੀ ਕਰਦਾ ਹੈ ਤਾਂ ਫਿਰ ਵੇਖਿਓ ਉਹਦੇ ਕਦਮਾਂ ਦੇ ਵਿੱਚ ਦੁਨੀਆ ਦੀ ਹਰ ਇੱਕ ਚੀਜ਼ ਆ ਕੇ ਡਿੱਗ ਪੈਂਦੀ ਹੈ। ਇਮਾਨਦਾਰ ਰਹੋਗੇ ਤੇ ਤੁਹਾਡਾ ਆਤਮ ਸਨਮਾਨ ਵਧੇਗਾ ਹੀ ਵਧੇਗਾ। ਦੁਨੀਆ ਤੁਹਾਨੂੰ ਬੜੀ ਵਧੀਆ ਨਿਗਾਣਾ ਵੇਖੇਗੀ ਇਹ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਦੱਸਣਾ ਕੁਝ ਗਲਤ ਬੋਲਿਆ ਗਿਆ ਤਾਂ ਮਾਫ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ